अच्छा 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 सर हवा भी कहन दिया जी है। ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਉਮੀਦ ਨੇ ਮੇਰੇ ਸਭ ਭੈਣ ਭਾਈ ਦੇਖਣਾ ਠੀਕ ਨੇ ਲੱਭਾ ਖੁਸ਼ ਹੋ ਕੇ ਦੇ ਹਵਾ ਰੱਖੇ ਜਲਦੀ ਰਾਹ ਬਿਲਾਵ ਸ਼ੁਰੂ ਕਰ ਰਹੇ ਹਾਂ ਹਨੇਰੀ ਔਰ ਮੌਸਮ ਖਰਾਬ ਅੱਲਾ ਸ਼ੁਕਰ ਰੱਬ ਦਾ ਸ਼ੁਕਰ ਗਰਮੀ ਬਹੁਤ ਜ਼ਿਆਦਾ ਹੈ ਅਤੇ ਚਲੋ ਮੌਸਮ ਖਰਾਬ ਹੋਇਆ ਜਰਾ ਇੰਨਾ ਹਨੇਰੀ ਦੇ ਪਿੱਛੇ ਪਿੱਛੇ ਅੱਲਾ ਦੀ ਰਹਿਮਤ ਵੀ ਹੋ ਗਈ ਕਹਿੰਦੇ ਕਿ ਲੱਭਾ ਕਰਾਂ ਹਨੇਰੀਆਂ ਕਰਨਾ ਰਹੇ ਹਨੇਰੀ ਰਹਿਮਤ ਹੀ ਇੱਕ ਕੰਮ ਲੈ ਕੇ ਆਉਂਦੀ ਹੈ ਅਤੇ ਅੱਲਾ ਰਹਿਮਤ ਵਿੱਚ ਹੀ ਬਦਲੇ ਔਰ ਬਾਰਿਸ਼ ਦਾ ਮੌਸਮ ਬਣਿਆ ਜਦੋਂ ਨਾਲ ਬਾਰਿਸ਼ ਹੋ ਜਾਏ ਅਤੇ ਕੋਈ ਮੌਸਮ ਠੀਕ ਹੋ ਜਾਏ ਅੱਲਾ ਬਹੁਤ ਸ਼ੁਕਰ ਹੈ ਤਾਂ ਭੈਣ ਭਾਈ ਅਸੀਂ ਨਾ ਬੇਗਮ ਸਾਹਿਬਾ ਦੀਆਂ ਅਰੇ ਉਹ ਸਹੇਲੀ ਇੱਥੇ ਰਹਿੰਦੀ ਪਿੰਡ ਹੈਗਾ ਅਤੇ ਇੱਥੇ ਉਹਨੂੰ ਮਿਲਣਾ ਇਹਦੀ ਨਾਲੇ ਆਪਣਾ ਸੂਟ ਦਿੱਤਾ ਹੋਇਆ ਸਿਲਾਈ ਉੱਤੇ ਅਤੇ ਬਾਅਦ ਉੱਥੇ ਬੱਚਿਆਂ ਵਾਲਾ ਟਿਕਟ ਨੂੰ ਲੈ ਕੇ ਤੰਗਾ ਛੱਡਿਆ ਹੋਇਆ ਅਤੇ ਮੌਸਮ ਖਰਾਬ ਹੋਇਆ ਉਹਨੂੰ ਲੈ ਕੇ ਆ ਰਹੇ ਨੇ ਚੱਲਦੇ ਮੇਰੇ ਠੀਕ ਹੈ ਚੱਲ ਕੇ ਆ ਰਹੇ ਮਾਹੌਲ ਪਿੰਡ ਦਾ ਵੇਖ ਰਹੇ ਹਨੇਰੀ ਆ ਬਾਰਿਸ਼ ਆ ਤੇ ਬੱਚੇ ਵੀ ਦੋ ਛੋਟੇ ਵੱਡੇ ਟਿਊਸ਼ਨ ਗਏ ਨਿੱਕੇ ਨਹੀਂ ਗਏ ਹੈਗੇ ਨਿੱਕੇ ਨੂੰ ਨਾਲ ਲੈਂਦਾ ਤੇ ਹੁਣ ਜਾ ਰਹੇ ਹਾਂ ਬਾਕੀ ਤੁਹਾਡੇ ਭੈਣ ਭਾਈਆਂ ਨਾਲ ਸੀਨ ਸ਼ੇਅਰ ਕਰਨਾ ਸੀ ਇਹ ਪਿੰਡ ਦਾ ਜਨਾਬ ਤੇ ਸਭ ਸਾਹਮਣੇ ਸਾਰਾ ਪਿੰਡ ਹੈਗਾ 2 ਕਿਲੋਮੀਟਰ ਡੇਢ 2 ਕਿਲੋਮੀਟਰ ਹੈਗਾ ਸਾਰਾ ਪਿੰਡ ਸਾਰਾ ਇੱਥੋਂ ਪਰ ਇਸ ਟਾਈਮ ਮੌਸਮ ਨਹੀਂ ਹੋਇਆ ਤਾਂ ਵੀ ਔਖਾ ਲੱਗਦਾ ਵਾ ਮੈਂ ਕਹਿੰਦਾ ਚੱਲੀਏ ਗੱਡੀ ਗੱਡੀ ਖਾਲੀ ਹੋਵੇ ਤਾਂ ਸਭ ਜ਼ਿਆਦਾ ਉੱਡ ਪਾ ਜਾਂਦੀ ਹੈ ਜ਼ਿਆਦਾ ਹਲਾ ਦਿੰਦੀ ਹੈ ਜਿਹੜੇ ਹਨੇਰੀ ਤੂਫਾਨ ਤੇਜ਼ ਹੈਗਾ ਅਤੇ ਮਾਸ਼ਾ ਅੱਲਾ ਹਨੇਰੀ ਦੇ ਨਾਲ ਨਾਲ ਬਾਰਿਸ਼ ਤੇਜ਼ ਹੋਣ ਡਈ ਹੈ ਅਤੇ ਚੱਲੀਏ ਹੁਣ ਇਹ ਮੁੰਡੇ ਦਾ ਮੋਟਰਸਾਈਕਲ ਵੀ ਲੱਗਦਾ ਮੈਂ ਰੁਕ ਗਈ ਹੈ ਤੂੰ ਇਹੋ ਜਿਹੇ ਮੋਟਰਸਾਈਕਲ ਮੋਟਰਸਾਈਕਲ ਧੋਖਾ ਦੇ ਦੇ ਕੀ ਹੋਇਆ ਮੋਟਰਸਾਈਕਲ ਨੂੰ ਹਾਂ ਮੈਂ ਮੌਸਮ ਦੀ ਵਜ੍ਹਾ ਤੋਂ ਖਰਾਬ ਹੋ ਗਿਆ ਵੀ ਮਾਹੌਲ ਬੜਾ ਖੂਬਸੂਰਤ ਲੱਗਦਾ ਮੈਨੂੰ ਅਸੀਂ ਵੀ ਇੱਥੇ ਰਹਿੰਦੇ ਪਿੰਡੇ ਰਹਿੰਦੇ ਪਰ ਇਹ ਸੀਨ ਵੇਖਣ ਨੂੰ ਬੜਾ ਦਿਲ ਕਰਦਾ ਹੈ ਤੇ ਚਲੋ ਇਹ ਚੱਲੀਏ ਚਲੇ ਨਾ ਬਾਦਮਾ ਕੋਈ ਚੀਜ਼ ਲੈਣੀ ਹੈ ਇਹਨੂੰ ਕੁੜ ਕੇ ਫੇਰ ਚਲੋ
ਤੇ ਮੈਂ ਬਾਈ ਉਹ ਬੱਚਿਆਂ ਨੂੰ ਮੈਂ ਘਰ ਛੱਡ ਆਇਆ ਹਾਂ ਅਤੇ ਛੱਡ ਕੇ ਮੈਂ ਫਿਰ ਲਾਡੀ ਅੱਡੇ ਆਇਆ ਉਹਨੂੰ ਹਵਾ ਹਲਕੀ ਹੈਗੀ ਸੀ ਅਤੇ ਫਿਰ ਲਾਡੀ ਅੱਡੇ ਆ ਕੇ ਬੈਠਾ ਅਤੇ ਹਵਾ ਇੰਨੀ ਕੁ ਤੇਜ਼ ਹੋ ਗਈ ਹੈ ਪੂ ਆਉਂਦੀ ਅਤੇ ਨਾਲ ਤੂਫਾਨ ਸੀ ਰੇਤ ਦਾ ਤੂਫਾਨ ਅਤੇ ਰੇਤ ਇੰਨੀ ਕੁ ਇੰਤਹਾ ਖਾ ਪਵੇ ਫਿਰ ਮੈਂ ਉੱਥੇ ਇੱਕ ਸਾਈਡ 'ਤੇ ਰਿਕਸ਼ਾ ਮੈਂ ਬਹਿ ਗਿਆ ਮੈਂ ਅਤੇ ਰਿਕਸ਼ਾ ਮੈਂ ਖਿਲਾਰ ਆਇਆ ਹਾਂ ਦੁਬਾਰਾ ਤਾਂ ਮੈਂ ਆ ਕੇ ਲਾਡੀ ਅੱਡੇ ਬਹਿ ਗਿਆ ਰਿਕਸ਼ਾ ਮੈਂ ਖਿਲਾਰ ਸਕਦਾ ਸਾਈਡ 'ਤੇ ਅਤੇ ਉਹ ਬੱਚਿਆਂ ਬੁੱਚਿਆਂ ਮੈਂ ਘਰ ਲਾ ਰਿਹਾ ਸੀ ਅਤੇ ਮੈਂ ਚਲੋ ਤੁਹਾਨੂੰ ਭੈਣ ਭਾਈ ਨੂੰ ਲਾਡੀ ਅੱਡਾ ਨੂਰਗੜ ਦਾ ਆਪਣੇ ਸ਼ਹਿਰ ਦਾ ਟਾਊਨ ਦਾ ਆਪਣਾ ਸੀਨ ਦੱਸੀਏ ਅਤੇ ਮੁਸਲਸਲ ਡੇਢ ਦੋ ਘੰਟੇ ਡੇਢ ਦੋ ਘੰਟੇ ਹਵਾ ਚੱਲਦੀ ਰਹੀ ਹੈ ਤੂਫਾਨ ਰੇਤ ਦਾ ਤੂਫਾਨ ਮੁਸਲਸਲ ਰਿਹਾ ਹੈ ਤੋ ਅੱਲਾ ਪਾਕ ਦਾ ਕੁਦਰਤ ਦਾ ਨਿਜ਼ਾਮ ਹੈ ਉਂਝ ਅੱਲਾ ਦਾ ਸ਼ੁਕਰ ਹੈ ਕਿ ਮੌਸਮ ਠੀਕ ਹੋ ਗਿਆ ਸੀ ਜੋ ਜੋ ਵੀ ਸੀਨ ਹੈ ਟਾਊਨ ਦਾ ਤੁਸੀਂ ਦੇਖੋ ਔਰ ਬਹੁਤ ਅੱਛਾ ਅੱਛੀ ਸੋਚ ਹੈ ਅੱਛੀ ਸੋਚ ਹੈ ਅੱਗੇ ਰਹਿ ਗਿਆ ਕੰਮ ਸੀ ਫਿਰ ਲਾੜੀ ਅੱਡੇ ਆ ਗਿਆ ਮੈਂ ਚਲੋ ਯਾਰ ਲਾੜੀ ਅੱਡੇ ਹੋ ਗਿਆ ਫਿਰ ਥੋੜ੍ਹੀ ਹਵਾ ਹੌਲੀ ਹੋਈ ਅਤੇ ਫਿਰ ਮੁਸਲਸਲ ਉਹਨੇ ਲਗਾਤਾਰ ਲੱਗੀ ਹੋਈ ਹੈ ਅਤੇ ਇਹ ਦੇਖੋ ਨਾ ਰਕਸ਼ਿਆਂ ਦੀ ਹਾਲਤ ਮੈਂ ਜੋ ਵੇਖੀ ਆ ਕੀ ਮਾਹੌਲ ਬਣਦਾ ਆ ਭਾਵ ਜਿਹਾ ਮੈਂ ਲੱਗ ਬੈਠਾ ਹੋਇਆ ਸੋਚੀ ਪੈ ਰਿਹਾ ਬਸ ਇੱਕ ਇਹ ਮੁੰਡਾ ਆਇਆ ਇਹ ਵੀ ਰਕਸ਼ਾ ਹਾਂ ਕੀ ਸੋਚਦਾ ਆਪਣੇ ਹੀ ਅਤੇ ਰਕਸ਼ਾ ਵਾਲੇ ਸਾਰੇ ਮੈਂ ਕੀ ਬਣਾਇਆ ਹੌਲੀਆਂ ਹੌਲੀਆਂ ਬਣਾ ਕੇ ਬੈਠੇ ਨੇ ਕਹਿੰਦੇ ਮੈਂ ਭਾਈ ਰੋਡ 'ਤੇ ਜਾਂਦਾ ਵੀ ਡਾਣਾ ਸਫੈਦੇ ਨੇ ਡਾਣੇ ਡਿੱਗ ਪੈਂਦੇ ਨੇ ਤਰਾ ਆਉਂਦਾ ਹੁਣ ਮੁੰਡਾ ਕੋਲ ਸੁਣਾਉਣ ਡਿਆ ਹੈਗਾ ਜਰਾ ਮੈਂ ਆਉਣ ਡਿਆ ਕਹਿੰਦੇ ਪਰਸੋਂ ਹੀ ਉਹ ਜਨਾਬ ਜਾਣ ਕਿੱਥੋਂ ਆਉਣੇ ਸ਼ਕਰੋ ਕਿਤੇ ਆ ਰਿਹਾ ਜਨਾਬ ਇਹ ਡਾਣਾ ਡਿੱਗਿਆ ਮੈਂ ਕਿੰਨਾ ਕੁ ਡਿੱਗਿਆ ਤਿੰਨ ਚਾਰ ਗਜ ਦੇ ਉੱਤੇ ਡਿੱਗਿਆ ਡਾਣਾ ਕਹਿ ਗੱਲ ਹੈ ਸ਼ੁਕਰ ਹੈ ਬਚ ਬਚਾ ਹੋ ਗਿਆ ਯਾਨੀ ਕਿ ਛੱਤ 'ਤੇ ਪੈ ਜਾਂਦਾ ਜਾਂ ਗੱਡੀ 'ਤੇ ਪੈ ਜਾਂਦਾ ਡਾਣਾ ਇਹਦਾ ਕੱਖ ਨਹੀਂ ਰਹਿਣਾ ਸਵਾਰੀ ਦਾ ਜਾਂ ਨੁਕਸਾਨ ਹੋ ਸਕਦਾ ਜੀ ਅਤੇ ਸਵਾਰੀ ਵੀ ਕੋਈ ਨਹੀਂ ਹੈਗੀ ਇਹੋ ਜਿਹਾ ਮੌਸਮ ਸਵਾਰੀ ਕੋਈ ਨਹੀਂ ਅਤੇ ਨਾਲੇ ਰਕਸ਼ਾ ਨੇ ਵੀ ਸਾਈਡ 'ਤੇ ਹੋ ਕੇ ਬੈਠੇ ਲੈ ਕੀ ਰੋਡ 'ਤੇ ਚੱਲਣਾ ਹੈ ਅਤੇ ਮਸਲ ਸਰ ਮੇਰਾ ਖਿਆਲ ਆ ਘੰਟਾ ਹੋ ਗਿਆ ਘੰਟਾ ਹੋਈ ਗਿਆ ਪਹਿਲੇ ਚਲੀ ਹੈ ਫਿਰ ਹੌਲੀ ਹੋਈ ਹੈ ਹੁਣ ਘੰਟਾ ਡੇਢ ਘੰਟਾ ਹੋ ਗਿਆ ਮਸਲ ਸਰ ਇੱਕੋ ਸਪੀਡ 'ਤੇ ਚੱਲ ਗਈ 100-150 ਸਪੀਡ 'ਤੇ ਹਵਾ ਚੱਲ ਰਹੀ ਹੈ ਅਤੇ ਬਸ ਦੇਖਦੇ ਪਏ ਮਾਹੌਲ ਸ਼ਾਹੌਲ ਨਾਲ ਤੁਹਾਨੂੰ ਵਿਖਾਉਣ ਡੇ ਹਾਂ ਲਾੜੀ ਅੱਡੇ ਦਾ ਮਾਹੌਲ ਇਹੀ ਹੈ ਅਤੇ ਹੁਣ ਹਰ ਆਵਾਮ ਦੀ ਕੋਸ਼ਿਸ਼ ਇਹੀ ਹੈ ਬਾਹਰ ਬੰਦੇ ਨੇ ਯਾਰ ਬਾਹਰਲੇ ਪਿੰਡਾਂ 'ਚ ਆਏ ਨਿਕਲੇ ਘਰੋਂ ਨੂੰ ਕੁੱਥੇ ਜਿਹੇ ਹਵਾ ਥੰਮੇ ਰੁਕੇ ਅਤੇ ਪਿੰਡ ਨੂੰ ਚੱਲੀਏ ਆਪਣੇ ਘਰੋਂ ਨਿਕਲੀਏ ਐਸਾ ਇਹ ਕੋਈ ਰਕਸ਼ਾ ਵਾਲੇ ਕੋਈ ਨਾਰੋਂ ਆਇਆ ਰਿਹਾ ਕੋਈ ਸ਼ਕਰੋਂ ਆਇਆ ਕੋਈ 8 ਕਿਲੋਮੀਟਰ ਦਾ ਕੋਈ 9 ਕਿਲੋਮੀਟਰ ਜਾਣਾ ਕਹਿੰਦੇ ਐਡਾ ਬਾਕੀ ਸਾਰਾ ਖਾਲੀ ਹੋ ਰਿਹਾ ਰਕਸ਼ਾ ਵਾਲੇ ਨੇ ਤਿਆਰ ਬੱਕਰੇ ਵਾਲੇ ਫਿਰਦੇ ਪਏ ਬਾਬਾ ਮਿਲਿਆ ਐਡਾ ਮੈਂ ਖਾਲੀ ਹੋ ਗਿਆ ਵੈਸੇ ਹੁਣ ਐਡਾ ਦੁਨੀਆ ਨਿਕਲ ਚੁੱਕ ਗਈ ਹਾਂ ਬਸ ਬਸ ਅਤੇ ਛਾਂ ਵੈਸੇ ਪੈ ਗਈ ਹੈ ਟਾਈਮ ਕਾਫੀ ਹੋ ਗਿਆ ਛੇ ਵਜੇ ਪਹੁੰਚ
ਤੇ ਫਿਰ ਭਾਵ ਲਿਆ ਨਾਲ ਵੀ ਤੇ ਫਿਰ ਜਾਣਾ ਤੇ ਹੈ ਹੁਣ ਕੋਈ ਨੀ ਅੱਲਾ ਖਾਲਾ ਦੇ ਗੱਲ ਭਾਵ ਹਾਂ ਇਨਸ਼ਾਅੱਲਾ ਆਏ ਰਹੇ ਕੁਝ ਕੁਝ ਮਿਲੇਗਾ ਨਾ ਕੋਈ ਨਹੀਂ ਅਸੀਂ ਕੰਮ ਇਸ ਤਰ੍ਹਾਂ ਵਾਲਾ ਹੀ ਕਿ ਚਲੋ ਲੱਭਗਾ ਠੀਕ ਨਹੀਂ ਲੱਭਾ ਜਾਣਾ ਤਾਂ ਹੈ ਚੱਲਦਾ ਲੱਭ ਜਾਏਗਾ ਰੋਡ 'ਤੇ ਚੱਲਦੀ ਲੱਭ ਜਾਏ ਕੋਈ ਕੰਮ ਸ਼ਾਮ ਹੀ ਅੱਜ ਕੱਲ੍ਹ ਇਸ ਤਰ੍ਹਾਂ ਹੀ ਨੇ ਕੰਮ ਹੀ ਕੋਈ ਘੱਟ ਭੁੱਲੀ ਰਹੇ ਨੇ ਅਤੇ ਸਾਡਾ ਇਲਾਕਾ ਦਾ ਸਹਾਇਕ ਜ਼ਿਮੀਦਾਰ ਵਾਲਾ ਇਲਾਕਾ ਜ਼ਿਮੀਦਾਰ ਅਤੇ ਬਾਕੀ ਪੂਰੇ ਪਾਕਿਸਤਾਨੀ ਇਸ ਤਰ੍ਹਾਂ ਹੀ ਚੱਲਦਾ ਹੈ ਅਤੇ ਜ਼ਿਮੀਦਾਰ ਕਣਕ ਨਿਕਲਣਾ ਮੂੰਜੀ ਨਿਕਲਣਾ ਨਾ ਨਿਕਲਣਾ ਕਣਕ ਨਾ ਨਿਕਲਣਾ ਨਾ ਨਿਕਲਣਾ ਬੜਾ ਕਾਰੋਬਾਰ ਦਾ ਅਸਰ ਪਿਆ ਰਕਮਾਂ ਦਾ ਬੜਾ ਅਸਰ ਪਿਆ ਦੁਨੀਆ ਘੱਟ ਹੀ ਨਿਕਲ ਗਈ ਹੈ ਦੁਨੀਆ ਈਦ ਦੇ ਹਵਾਲੇ ਨਾਲ ਵੀ ਘੱਟ ਹੀ ਨਿਕਲਦੇ ਪਏ ਕਿਸਾਨਾਂ ਨੂੰ ਕਹਿੰਦੇ ਨੇ ਨੁਕਸਾਨ ਹੋਇਆ ਕਣਕ ਡੱਕ ਲਈ ਗਰੀਬਾਂ ਦੇ ਚਲੋ ਥੋੜਾ ਬਹੁਤਾ ਫਾਇਦਾ ਤੇ ਹੋਇਆ ਚਲੋ ਥੋੜਾ ਬਹੁਤਾ ਉਹਨਾਂ ਦੀ ਵਹਿਦ ਉਹਨਾਂ ਡੱਕ ਲਈ ਹੋਇਆ ਚੰਗਾ ਹੋਇਆ ਕਣਕ ਸਸਤੀ ਹੋ ਗਈ ਹੈ ਆਹੋ ਤੇ ਕਿਸਾਨ ਆਪਣੀ ਜਗ੍ਹਾ ਰੋਣ ਲਿਆ ਕਿਸਾਨ ਆਪਣੀ ਜਗ੍ਹਾ ਰੋਣ ਲਿਆ